ਬਾਅਦ ਤੇ ਗਾਣਾ ਆਇਆ ਸੀ ਵੇਖੰਡ ਛਿੱਲੀ ਗਈ ਸੱਜਣਾ ਐ ਜਿਹੜਾ ਖੁਸਰਾ ਹੀ ਐਡੇ ਕੋ ਖੁਸਰੇ ਨੂੰ 5.5 ਦਿਨ ਬੰਦਾ ਨਾ ਨਾ ਲੱਗੇ। ਇੱਕ ਮਿੰਟ ਬੇਟੇ ਤੇਰੀ ਅੰਮੀ ਦੀ ਗੱਲ ਹੋ ਰਹੀ ਹੈ। 5.5 ਦਿਨ ਬੰਦਾ ਨਾ ਲੱਭੇ, ਪੰਜਾਂ ਦੀ ਸਮਾਧ ਲਿਆ ਕੇ ਤੇ ਇੰਜ ਕਰਨ ਡਿਆ ਹੁੰਦੇ ਨੇ। ਅੱਛਾ ਤੇਰੇ ਨਾਲ ਦੀਆਂ ਕੁੱਤੀਆਂ ਕਮਜ਼ੋਰ, ਤਗੜੇ ਕੁੱਤੇ ਨਾਲ ਯਾਰੀ ਲਾ ਕੇ ਨਾ ਤੇ ਬਾਅਦ ਚੋਂ ਇੰਜ ਜਾਂਦੀਆਂ। ਖੁਸ਼ਹਾਲ ਕੁੱਤਾ ਜੇ ਹੈਲੋ ਇੱਕ ਮਿੰਟ ਲਿਖੋ ਲਿਖੋ ਤੇਰਾ ਇੱਕ ਮਿੰਟ ਅੰਮੀ ਦਾ ਫੋਨ ਆ ਗਿਆ। ਅੰਮੀ ਘਰੋਂ ਆਇਆ, ਉਹਨਾਂ ਨੂੰ ਕਹਿੰਦੇ 8 ਬੰਦੇ ਨੇ ਤੇ ਕਿਲੋ ਗੋਸ਼ਤ ਪਕਾ ਲਓ। ਅੱਛਾ ਜੀ, ਤੇ ਨਾਲ ਮੋਦਰੇ ਦੀ ਚਟਨੀ ਰੱਖਣਾ, ਨਾਲ ਆਲੂ ਬੁਖਾਰੇ ਦੀ ਰੱਖ ਕੇ ਤੇ ਤੁਸੀਂ ਸੌ ਜਾਣਾ। ਆਮ ਆਮ ਤੇ ਖੁਦਰੀ ਕੁੱਤੀ ਕਿਵੇਂ ਪੈਂਦੀ? ਨਾਲ ਦੇ ਕੁੱਤੇ ਨੂੰ ਕਹਿਣ ਡੀ ਹੁੰਦੀ ਹੈ ਖਾਂਦਾ ਕੀ ਆ। ਹੋਰ ਗੱਲਾਂ ਦੀਆਂ ਗੱਲਾਂ, ਤੁਹਾਡੀ ਨਸਲ ਦਾ ਪਤਾ ਲੱਗ ਗਿਆ ਹੈ ਕਿਸੇ ਕੁੱਤੀ ਨਸਲ ਦੀ ਹੋ ਤੁਸੀਂ ਭਾਈ ਜੀ। ਜੇ ਤੁਹਾਨੂੰ ਤਮਾਸ਼ੇ ਦਾ ਨਹੀਂ ਮਜ਼ਾ ਆਇਆ ਤੇ ਮੈਂ ਆਪਣੀ ਕੁੱਤੀ ਲੈ ਜਾਣਾ। ਗੱਲ ਕੀਤੀ ਇੱਧਰ ਤੇ ਵੇਖ, ਸੁੱਤੇ ਪਏ ਪਿਓ ਦੀ ਧੌਣ ਵੜ ਦਿੱਤੀ। ਮੈਂ ਕਿਹਾ ਕੀ ਕੀਤਾ ਜੀ? ਕਹਿੰਦਾ ਵੇਖੀ ਸਵੇਰੇ ਉੱਠ ਕੇ ਆਪੇ ਲੱਭਦਾ ਫਿਰ ਗਿਆ। ਮੈਨੂੰ ਕਹਿੰਦਾ ਮੈਨੂੰ ਘਰ ਕਿਰਾਏ ਤੇ ਲੈ ਕੇ ਦੇ। ਉਹ ਘਰ ਕਿਰਾਏ ਤੇ ਲੈ ਦੇ, 3-4 ਮਹੀਨੇ ਬਾਅਦ ਮਾਲਕ ਕਹਿੰਦੇ ਉਹ ਜੁੱਤੀਆਂ ਫੇਰੀਆਂ ਮੈਨੂੰ। ਇਸ ਚਵਲ ਨੇ ਸਾਰੇ ਘਰ ਦੀ ਫਿਟਿੰਗ ਹੀ ਇੱਥੇ ਕਰਕੇ ਕਰਾਤੀ ਸੀ। ਇੱਥੇ ਬੇਸਨ ਨਲਕੇ ਟੂਟੀਆਂ ਲੱਗੀ ਹੈ। ਬਹੁਤ ਸ਼ੌਕ ਹੈ ਇਹ ਆਪਣੇ ਘਰਦਿਆਂ ਦੇ ਨਾਲ ਟ੍ਰੇਨ 'ਚ ਕਰਾਚੀ ਗਿਆ ਹੈ ਤੇ ਸਾਹੀਵਾਲ ਹੀ ਡਿੱਗ ਪਿਆ। ਕਿਉਂ? ਉਹ ਲੈਟਰੀਨ ਦਾ ਮੋਹਰਾ ਖੁੱਲ੍ਹਾ ਹੁੰਦਾ ਨਾ ਵਗ ਕੇ। ਅੱਛਾ ਮੇਰਾ ਦਿਲ ਕਰਦਾ ਕਿ ਤੇਰੀ ਮੈਂ ਅਚਾਨਕ ਭੈਣ ਕੱਢਾਂ ਤੇ ਸਰਦੋਂ ਦੇ ਲੈ ਜਾਂ। ਹਾਂ ਜੀ ਮੈਡਮ ਜੀ। ਅੱਛਾ ਤੋ ਮੈਂ ਗੁਜਰਾਵਾਲਾ ਮੈਂ ਆਈ ਹਾਂ, ਆਪ ਲੋਗੋਂ ਨੇ ਮੁਝਸੇ ਖਾਣੇ ਕਾ ਵੀ ਨਹੀਂ ਪੁੱਛਾ। ਓਏ ਹੋਏ, ਅਸਲ 'ਚ ਮੈਡਮ ਨਵੀਂ ਨਵੀਂ ਈਦ ਗਈ ਨਾ, ਉਹ ਸਾਰੇ ਆਪ ਰੱਜੇ ਨੇ, ਉਹ ਧਿਆਨ 'ਚ ਨਹੀਂ ਦਿਆ ਕੇ। ਚਲੋ ਕੋਈ ਗੱਲ ਨਹੀਂ, ਅਸੀਂ ਪੁੱਛ ਲੈਂਦੇ ਹਾਂ ਕੀ ਖਾਣਾ ਪੀਣਾ ਜੀ। ਕੜਾਈ ਸਾਦੀ ਕੇ ਕੁੰਡਿਆਂ ਵਾਲੀ, ਮੇਰਾ ਮਤਲਬ ਕਿ ਉਹ ਚਿਕਨ ਕੇ ਮਟਨ? ਮਟਨ ਖਾਣਾ ਹੈ। ਅੱਛਾ ਅੱਛਾ, ਨਲੀ ਮੱਛਲੀ ਕਰ ਲਈਏ? ਆਫ ਕੋਰਸ। ਨਾਲ ਥੋੜੀ ਜਿਹੀ ਚਾਂਪਾਂ ਪਾ ਲਈਏ? ਬਿਲਕੁਲ। ਦੇਸੀ ਘਿਓ 'ਚ ਕੇ ਮੱਖਣ 'ਚ? ਦੇਸੀ ਘਿਓ 'ਚ। ਨਾਲ ਸਾਦੀ ਰੋਟੀ ਰੋਗਣੀ ਨਾਲ? ਰੋਗਣੀ ਨਾਲ ਖਾਉਂਗੀ, ਉਹ ਮੈਨੂੰ ਬਹੁਤ ਪਸੰਦ ਹੈ। ਰਾਇਤਾ ਸਲਾਦ? ਬਿਲਕੁਲ ਜ਼ਰੂਰੀ ਹੈ। ਠੀਕ ਸੀ, ਵਾਹ ਬਹੁਤ ਆਲਾ। ਸਾਬੁਨ ਤਾਂ ਦੇ, ਇੰਨਾ ਪਤਲਾ ਸਾਬੁਨ। ਹਾਂਜੀ, ਐਡਾ ਪਤਲਾ ਸਾਬੁਨ? ਬਾਜੀ ਆ ਮੁੰਡੇ ਕੰਜਰ ਦਿਨ ਰਾਤ ਲੱਗੇ ਰਹਿੰਦੇ ਇਹਦੇ ਨਾਲ। ਉਹ ਕਿਹੜੇ ਲੱਗੇ ਰਹਿੰਦੇ ਨੇ? ਬਸ਼ੀਰ ਇੱਥੇ ਤਾਂ ਬੜਾ ਮਜ਼ਾ ਹੀ ਯਾਰ, ਇੱਥੇ ਬੜੇ ਬੜੇ ਚੌਧਰੀ ਆਦਮੀ ਆਏ ਨੇ।
ਜਿਹੜੇ ਮਕਸਦ ਵਾਸਤੇ ਆਇਆ ਮਕਸਦ ਆਪਣਾ ਪੂਰਾ ਹੋ ਗਿਆ ਠੀਕ ਹੈ ਦੱਸ ਰਹੀ ਹੁਣ ਮੈਂ ਪੁੱਛਣਾ ਹੈਲੋ ਜੀ ਜੀ ਮੈਂ ਪਤਾ ਕਰਕੇ ਦੱਸ ਸ਼ੌਕਾ ਸ਼ਾਹ ਕੋਟੀ ਹੈ ਕੌਣ ਓ ਯਾਰ ਮੇਰਾ ਨਾਂ ਹੈ ਯਾਰ ਘਰ ਜਾ ਕੀ ਹੋਇਆ ਬਸ਼ੀਰ ਉੱਧਰ ਵੜ ਗਿਆ ਜੀ ਯਾਰ ਨਹੀਂ ਤੇ ਤੇਰੇ ਨੰਬਰ ਤੇ ਤੈਨੂੰ ਫੋਨ ਆਇਆ ਇਸ ਦਾ ਮਤਲਬ ਤੇਰੇ ਵੱਲੋਂ ਨਿਕਲਿਆ ਹੁਣ ਉਹ ਨਹੀਂ ਉਹ ਮੇਰਾ ਦੋਸਤ ਹੈ ਯਾਰ ਕੋਤੀ ਦੀ ਬੱਚਿਆ ਜਾਣਾ ਉਹਦੇ ਘਰ ਤੈਨੂੰ ਫੋਨ ਕਿਉਂ ਆਉਣ ਡਿਆ ਮੇਰਾ ਦੋਸਤ ਹੈ ਦੋਸਤ ਹੈ ਵੈਲ ਜੀ ਮੈਂ ਤੁਸੀਂ ਕੋਲ ਗੱਲ ਕਰ ਰਹੀ ਸੀ ਚੋਰੀ ਦੀ ਮੈਂ ਵੇਖੋ ਬੜੀ ਦੇਰ ਦਾ ਤੁਹਾਨੂੰ ਵੇਖ ਰਿਹਾ ਹਾਂਜੀ ਪਿਆਰੇ ਆਦਮੀ ਹੋ ਤੁਸੀਂ ਹਾਂਜੀ ਤੇ ਚੋਰੀ ਸਾਹਿਬ ਦੁਬਈ ਕੀ ਲੈਣ ਆਏ ਹੋ ਮੈਂ ਸ਼ਾਦੀ ਸ਼ੂਦੀ ਕਰਨ ਆਏ ਜੀ ਚੋਰੀ ਦੀ ਸ਼ਾਦੀ ਕਰਨੀ ਹੈ ਸਾਡੀ ਫੈਮਿਲੀ 'ਚ ਕਰੋ ਇਹਨਾਂ ਨੂੰ ਕੀ ਵੇਂਦੇ ਹੋ ਅੱਛਾ ਜੀ ਹਾਂਜੀ ਦੁਬਈ ਸੈੱਟ ਹੋ ਜੀ ਜੀ ਮਾਸ਼ਾਅੱਲਾ ਆਪਣਾ ਪਟਾ ਤੁਹਾਡਾ ਉਹ ਨਹੀਂ ਸਾਰਾ ਮਾਮਲਾ ਆਪਣਾ ਹੈ ਅੱਛਾ ਹਾਂ ਮੇਰੀ ਭੈਣ ਗੋਰੀ ਚਿੱਟੀ ਉੱਚੀ ਲੰਮੀ ਸੋਹਣੀ ਜਵਾਨ ਚੋਰੀ ਕੋਈ ਸ਼ੱਕ ਨਹੀਂ ਇਹੋ ਜਿਹੇ ਮੁੰਡੇ ਦੀਆਂ ਭੈਣਾਂ ਬਹੁਤ ਚੀਸੀਆਂ ਹੁੰਦੀਆਂ ਤੁਸੀਂ ਇਹਦੇ ਭਰਾਵਾਂ ਦਾ ਹਿਸਾਬ ਲਾ ਲਓ ਠੀਕ ਹੈ ਜੀ ਚੋਰੀ ਦੀ ਸੋਹਣੀ ਹੈ ਮੇਰਾ ਕਰਾ ਦਿਓ ਰਿਸ਼ਤਾ ਮੈਂ ਨਾ ਪੜ੍ਹੀ ਲਿਖੀ ਹੈ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਕੂਨ ਆ ਜਾਏਗਾ ਵਾਹ ਜੀ ਵਾਹ ਲੇਕਿਨ ਇੱਕ ਪ੍ਰੋਬਲਮ ਹੈ ਯਾਰ ਚੋਰੀ ਉਹ ਕੀ ਉਹਦੀਆਂ ਦੋਵੇਂ ਬਾਹਾਂ ਕੋਲ ਨਹੀਂ ਕੋਈ ਗੱਲ ਨਹੀਂ ਨਸੀਬ ਦੀ ਜੋ ਮੇਰੀ ਕਿਸਮਤ 'ਚ ਯਾਰ ਖੈਰ ਯਾਰ ਉਹਦੇ ਦੋਵੇਂ ਕੰਨ ਵੀ ਕੋਲ ਨਹੀਂ ਤੇ ਦੋਵੇਂ ਲੱਤਾਂ ਵੀ ਕੋਲ ਨਹੀਂ ਚੋਰੀ ਮੈਂ ਕੱਲ੍ਹ 7:30 ਵਜੇ ਨਾ ਜੰਜ ਲੈ ਕੇ ਤੇਰੇ ਘਰ ਆਵਾਂਗਾ ਤੂੰ ਬਾਜੀ ਹੋਣੀ ਮੈਨੂੰ ਛਾਪਰ 'ਚ ਪਾ ਦੇਈ ਹੈ ਧੋਤੀ ਦੀਆਂ ਬੱਚੇ ਮੈਂ ਬੀਵੀ ਮੰਗਣ ਡਿਆ ਤੂੰ ਮੈਨੂੰ ਹਾਫ ਬਾਜ਼ ਸਵੈਟਰ ਬਣਾਈ ਜਾਣ ਡਿਆ ਚੌਧਰੀ ਸਾਹਿਬ ਮੈਂ ਤੁਹਾਨੂੰ ਲਿਆ ਦੁਬਈ ਮੁਜਰਿਆ ਤੇ ਤੁਸੀਂ ਵਿਆਹ ਦੇ ਸਿਲਸਿਲੇ 'ਚ ਪੈ ਗਏ ਹਾਂਜੀ ਵਿਆਹ ਹੀ ਕਰਨਾ ਤੁਸੀਂ ਮੇਰੀ ਭੈਣ ਨਾਲ ਕਰ ਲਓ ਉਹ ਤੇਰੇ ਤੋਂ ਨਾ 15 ਮਿੰਟ ਅੱਗੇ ਹੋਵੇ ਭਾਈ ਬੜੀ ਸੋਹਣੀ ਹੈ ਅੱਛਾ ਜੀ ਐਡੀ ਐਡੀ ਮੋਟੀ ਅੱਖ ਵਾਹ ਗੋਲਡਨ ਵਾਲ ਵਾਹ ਐ ਮੱਥਾ ਕੀ ਬਾਤ ਹੈ ਨੋ ਸਟੋਪਰੀ ਵਰਗੀ ਵਾਹ ਜੀ ਵਾਹ ਬਿੱਲੀਆਂ ਅੱਖਾਂ ਵਾਹ ਗੁਲਾਬ ਦੀਆਂ ਪੱਤੀਆਂ ਵਰਗੇ ਹੌਂਠ ਵਾਹ ਠੋਡੀ ਤੇ ਤਿੰਨ ਤਿਲ ਕੀ ਬਾਤ ਹੈ ਤੇ ਗਰਦਨ ਸਰਾਈ ਵਰਗੀ ਤੇ ਪੈਰ ਤੇ ਚਿੱਟੇ ਸਫੈਦ ਉਹਦੇ ਕਿੱਥੋਂ ਕਿੱਥੋਂ ਇੰਨਾ ਸਫ਼ਰ ਕਰਕੇ ਸਾਰੇ ਭਰਾ ਆਏ ਨੇ ਆਹੋ ਤੇ ਤੂੰ ਭੈਣ ਨੂੰ ਥੋਡੀ ਤੋਂ ਸਿੱਧਾ ਪੈਰਾਂ 'ਤੇ ਇੱਥੇ ਭੈਣ ਪੂਰੀ ਪੇਸ਼ ਕਰ ਤੇਰਾ ਬੱਚਾ ਨਾ ਹੋਵੇ ਤੇ ਅੱਜ ਭਾਵੇਂ ਮੇਰੇ ਬੱਚੇ ਭੁੱਖੇ ਮਰ ਜਾਣ ਚੌਧਰੀ ਨਸੀਬਾਂ ਦੀ ਗੱਲ ਹੁੰਦੀ ਨਾ ਭੈੜਿਆ ਭੂੰਡ ਭੰਗ ਵਾਲੇ ਪਿਆਲੇ ਤੋਂ ਉੱਡੇ ਆ ਤੇ ਨਸ਼ੇ 'ਚ ਇਹਨੂੰ ਚੰਡਾ ਮਾਰ ਗਏ ਸਾਰੇ ਬੱਕਰੇ ਬਸ ਤੇ ਚੜਾਓ ਐਂਡ ਤੇ ਇਹੋ ਜਿਹਾ ਰਹਿ ਜਾਂਦਾ ਜਿਹਨੂੰ ਪਿੱਛੋਂ ਉਂਗਲ ਦੇ ਕੇ ਕਹਿੰਦੇ ਚੱਲ ਤੂੰ ਵੀ ਅੰਦਰ